ऐसा हो गया। हाँ भी मित्रा के मैं हाँ हो गया तैयार। हाँ आ गया बस मैं तो लिया बुलट मैंने कल कल तो पुछना कुछ यार बुढ़े ने कुटिया कल मैं मोटरसाइकिल कटे उदी आ गया ना उपर मैं दस हूँ करा कि बड़ा खराब हट है बड़ा तरह तू तू नहीं जानता वो बारे ਮੈਨੂੰ ਸਾਰਾ ਸੁਣ ਕਹਿੰਦੀ ਮੈਂ ਆਉਂਦਾ ਸੀ ਇਧਰੋਂ ਉਹ ਨਹੀਂ ਤੈਨੂੰ ਕਾਹਨੂੰ ਕਿਹਾ ਬਾਪੂ ਮੇਰੀ ਗੱਲ ਸੁਣਾ ਬੁੜਾ ਦਾ ਹਾਲੇ 20 ਸਾਲ ਨਹੀਂ ਹੁੰਦਾ ਇਹਨੂੰ ਅੰਦਰ ਲਾਪ ਬੰਦੇ ਮੁੱਕਿਆ ਨੇ ਉਹ ਯਾਰ ਦੇਖ ਕੀ ਦੇਖੀ ਦੇਖੀ ਕੀ ਇਹਨੂੰ ਅੰਦਰ ਲਾਪ ਉੱਠਦਾ ਨੂੰ ਓਏ ਯਾਰ ਕਿੱਥੋਂ ਆ ਗਿਆ ਯਾਰ ਓਏ ਫੇਰ ਆ ਗਿਆ ਅੱਜ ਆਉਣਾ ਯਾਰ ਮੈਂ ਕੋਈ ਗੱਲ ਨਹੀਂ ਹੱਥ ਨੇ ਮਿਲਦੇ ਆ ਭਰਾਪਾ ਹੁਣ ਤੁਹਾਨੂੰ ਕੀ ਹੋ ਯਾਰ ਇਹਨੇ ਉੱਪਰ ਹੀ ਆਉਣ ਹੁੰਦਾ ਤੇ ਅੰਦਰ ਨਹੀਂ ਆਏ ਵਾਰੀ ਹੋਰ ਹੱਲ ਹੈ ਹੀ ਨਹੀਂ ਕੋਈ ਵੀ ਉਹ ਤੁਰਿਆ 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 ਤਾਂ ਆ ਰਿਹਾ ਆਪਾਂ ਨੂੰ ਬੰਦੇ ਨਹੀਂ ਮਿਲਣੇ ਪਿੰਡ ਚੋਂ ਬਹੁਤ ਔਖਾ ਪਿਆ ਗੁੜੀਆਂ ਪੁੱਛ ਲਾਂਗੇ ਫਿਰ ਆਪਾਂ ਇੱਥੇ ਆਪਾਂ ਵਿਚਾਰ ਕਰ ਲਾਂਗੇ ਇਹ ਤੇਰੀ ਨਿਰਲੈਕੀ ਕਾਰਨ ਹੋਇਆ ਕੰਮ ਸਾਰਾ ਮੇਰੇ ਕਰਕੇ ਕੀ ਹੋਇਆ ਯਾਰ ਮੇਰੇ ਕਰਕੇ ਤੇਰੇ ਵਾਸਤੇ ਮੇਰੇ ਕਰਕੇ ਮੈਂ ਦੱਸ ਕੀ ਕਿਹਾ ਮੇਰੇ ਮਾਗਰ ਪੈ ਜਾ ਕਰ ਉਹਦੀ ਤੂੰ ਲੈ ਕੇ ਅੰਬੀ ਚੌਂਟ ਨੂੰ ਪੁੱਛਣਾ ਉਹਦੇ ਬੰਦੇ ਬੈਠੇ ਨੇ ਅੰਬੀ ਕੋਲ ਜਾ ਆਉਣੇ ਆਪਾਂ ਚੱਲ ਚੱਲ ਇੱਥੇ ਆਪਾਂ ਬਹੁਤ ਲੇਟ ਆਇਆ ਕੀ ਲਾਉਂ ਕਰਨਾ ਸਾਰੇ ਨੇ ਲਾਪੀ ਲੱਗ ਬਿਜੂ ਅੰਬੀ ਲਾ ਦੀ ਅੰਬੀ ਆ ਵੀਰੇ ਕਹੇ ਕਿ ਲਾਉਂਦੇ ਨੇ ਇਹਨੂੰ ਪੁੱਛਿਆ ਫਿਰ ਜਾਂ ਪੁੱਛ ਖੜਕਾ ਮਾਟਾ ਤੂੰ ਖੜਕਾ ਪੁੱਛ ਆ ਗਿੱਟੇ ਹੁੰਦਾ ਜੱਟੇ ਜੱਟੇ ਆ ਜਦੋਂ ਲੈ ਜਦੋਂ ਗਾਰੇ 'ਚ ਵੜਦੇ ਨੇ ਉਦੋਂ ਕਾਲੇ ਹੋ ਜਾਂਦੇ ਸਨੋਰੀ ਆਏ ਨੇ ਕਹਿੰਦੇ ਵੀ ਜੀਰੀ ਲਵਾਉਣੀ ਆ ਤੇਰਾ ਭਰਾ ਦਿੱਤੇ ਮੈਂ ਉਹ ਅੰਦਰ ਬੈਠਾ ਮੈਂ ਆਉਣਾ ਇੱਕ ਮਿੰਟ ਰੁਕ ਕੇ ਫੇਰ ਐਂ ਕਰ ਆਪਣੇ ਜ਼ਮੀਨ ਤਾਂ ਪਹਿਲੀ ਬਹੁਤ ਫੜੀ ਬੈਠਿਆ ਨਾ ਉਹ ਕੁਛ ਨਹੀਂ ਹੁੰਦਾ ਇਹ 7-800 ਆਪਾਂ ਨੂੰ ਵੱਧ ਦੇ ਦੇਣਗੇ ਆਪਾਂ ਉਹਨਾਂ ਨੂੰ ਜਵਾਬ ਦੇ ਦਾਂਗੇ ਐਂ ਕਰ 2-2 ਹਜ਼ਾਰ ਰੁਪਈਆ ਵੱਧ ਮੰਗ ਲੈ ਇਹਨਾਂ ਤੋਂ ਚੱਲ ਫਿਰ ਮੈਂ ਲਿਆਉਣਾ ਸਰ ਇਹਨੂੰ ਕਹਿੰਦੇ ਨੇ ਹੁਣ ਆਇਆ ਊਂਟ ਰਾਂਡ ਕੇ ਲਈ ਠੀਕ ਹੈ ਆ ਜਾ ਭਾਈ ਆ ਜਾ ਹੈਗਾ ਭਾਈ ਤੇਰਾ ਹਾਂ ਹਾਂ ਕਰੀ ਯਾਰ ਤੁਸੀਂ ਆ ਜਾਓ ਸਰਦਾਰ ਜੀ दो सौ छोटे करके चलो 6500 दे दो 500 ਜਿਆਦਾ ਨਹੀਂ ਯਾਰ ਨਹੀਂ ਜਿਆਦਾ ਤਾਂ ਕੀ ਹੈ ਜੀ ਦੇਖੋ ਭਾਈ ਅਸੀਂ ਤਾਂ 7000 ਨੂੰ ਸਾਈਆਂ ਮੋੜੀਆਂ ਨੇ 7 ਨੂੰ ਵੀ ਮੋੜੀਆਂ ਨੇ ਸਾਰੇ 400 ਰੁਪਏ ਲਈ ਜਾਂਦੇ ਉਹ ਲੇਬਰ ਵੀ ਹੈ ਨਹੀਂ ਸਾਡੀ ਬਹੁਤ ਜ਼ਮੀਨ ਫਟ ਰੱਖੀ ਅਸੀਂ ਵਿੱਚੋਂ ਟਾਈਮ ਕੱਢ ਕੇ ਛੁੱਡੀ ਲਾ ਰਹੇ ਹਾਂ ਜੀ ਚੱਲ ਪੁੱਤਰਾ ਪਾ ਕੇ ਕਰਦੇ ਰਹਿਆ ਕਰਦੇ ਨੇ ਬੱਗੇ ਹਾਂ ਥੋੜੀ ਰਹਿ ਕਰਕੇ ਰਹਿ ਕਰਕੇ ਆ ਠੀਕ ਹੈ ਆਉਂ ਕਰ ਲੋ ਜੀ ਸਾਡਾ ਸਾਡੇ ਦੋ ਪਹਿਲਾਂ ਆਏ ਨੇ ਭਾਈ ਦੋ ਜਣੇ ਸੋਥੋਂ ਪਹਿਲਾਂ ਉਹ ਸਾਨੂੰ 7000 ਨੂੰ ਸਾਈ ਵੜਾਉਂਦੇ ਸੀ ਪਰ ਅਸੀਂ ਫੜੀ ਨਹੀਂ ਚੱਲ ਸਾਡੇ ਕੋਲ ਪਹਿਲੀ ਸਾਈਆਂ ਬਹੁਤ ਅਸੀਂ ਦੱਸ ਦੇਣਾ ਫਿਰ ਤੁਹਾਨੂੰ ਟੀਮ ਕਿੰਨੀ ਹੈ ਤੁਹਾਡੀ ਕਿੰਨੇ ਕੁ ਬੰਦੇ ਤੁਸੀਂ ਹੈਗੇ ਨੇ 10-15 ਜਣੇ ਨੇ ਅਰੇ ਬੰਦੀਆਂ ਹਾਂ ਬੰਦੇ ਨੇ ਗੁੜੀਆਂ ਚਾਹੀਦੇ ਨੇ ਉਹਨੂੰ ਇਹ ਗੁੜੀਆਂ ਦੇ ਲਈ ਜਾਂ ਠੰਡਾ ਬੀਜ ਲੱਕੜੀ ਆਏ ਕੋਈ ਨਾ ਕੋਈ ਜੀਰੀ ਲੱਗ ਜੂ ਬਸ ਬਸ ਲੋਕ ਨਹੀਂ ਚਾਹਤੇ ਹਾਂ ਆ ਗਈ ਗੱਲ ਪਹਿਲਾਂ ਆਂਡੇ ਬਾਲ ਕੇ ਹੁੰਦੇ ਸੀ ਨਾ ਹੁਣ ਤਾਂ ਆਮਲੇਟ ਬਣਾ ਕੇ ਖਾਵਾਂਗੇ ਬਾਪੂ ਗੱਲ ਸੁਣ 500 ਬਾਲਾ ਨਹੀਂ ਯਾਰ 500 ਬਾਲਾ ਤਾਂ ਹੈਗਾ ਪੁੱਤ ਪਤਾ ਕੀ ਹਰ ਕੋਈ ਇੰਨਾ ਫਸਲ ਦਾ ਮਾਸ ਖਾਂਦਾ ਪਰ ਇੰਨਾ ਵੀ ਨਹੀਂ ਹੁੰਦਾ ਜਿੰਨੇ ਇਹ ਕਰ ਰਹੇ ਨੇ ਚਲ ਆਪਾਂ ਇਹ ਕਰਦੇ ਕੋਈ ਹੋਰ ਪੁੱਛ ਲੈਣਾ ਫਿਰ ਮਾਸਾ ਹੀ ਪੁੱਛ ਲੈ ਕਿ 5000 ਚ ਬਣ ਜੂਗਾ ਚਲ ਇੱਧਰ ਦੇਖਦੇ ਆ ਆਪਾਂ ਕਿਸ ਨੂੰ ਪੁੱਛ ਜਾਈਏ ਇਹ ਤਾਂ ਹਰ ਕੋਈ ਫਸਲ ਦਾ ਮਾਸ ਉਸਤਾਦ ਅਸੀਂ 4-5 ਬੰਦੇ ਹੁੰਨੇ ਆ ਜਿਹੜੇ ਜੀਰੀ ਲਾਉਂਦੇ ਉਹ ਬਾਈ ਨੇ ਬਾਈ ਜੀਰੀ ਬਾਰੇ ਆਈ ਵਾਰ ਜੀਰੀ ਲਵਾਉਣੀ ਸੀ ਜੀਰੀ ਤਾਂ ਬਾਈ ਮੁਸ਼ਕਲ
ਅਸਤਰ ਪਹਿਲੀ ਮਲਾ ਟੱਪ ਲੋ ਟਾਈਮ ਬਾਦ 35 ਕਿਲੇ ਫੜ ਰਹੀ ਨੇ 35 ਥੋੜਾ ਜ਼ਿਆਦਾ ਨਾ ਪਿਛਲੀ ਵਾਰੀ ਮੈਂ 70 ਰੁਪਏ ਸੀ ਜੀ देख लो यार कर लो घट वध करके आप कर लांगे साडा रेट दिता ही नहीं जाना ਵੀ ਰੇਟ ਕਿੰਨਾ ਹੁੰਦਾ ਦੱਸ ਯਾਰ 6500 ਤੋਂ ਉੱਪਰ ਚੱਲਦਾ ਬਾਪੂ ਬੈਠੇ ਰੋਵੇ ਹੱਥ ਚੱਕੀ ਪਈ ਇਹਨਾਂ ਨੇ ਹੁਣ ਕਿਵੇਂ ਕਰੀਏ ਤੂੰ ਦੱਸ ਫਿਰ ਢਿੱਲਾ ਪੈ ਗਿਆ ਥੋੜਾ ਜਿਹਾ ਕੰਮ ਦਫ਼ਤਰਾਂ ਚ ਹੋਣ ਲੱਗ ਗਏ ਮਾੜੇ ਮਾੜੇ ਤੇ ਪਰ ਐ ਵੀ ਪਹਿਲਾਂ ਆਪਾਂ ਸੀਵਰੇਜ ਦਾ ਕੰਮ ਕਰ ਲਈਏ ਪਿੰਡ ਚ ਗ੍ਰਾਂਟ ਲੈ ਕੇ ਆਈਏ ਪਿੰਡ ਦਾ ਸੀਵਰੇਜ ਬਹੁਤ ਖਰਾਬ ਹੋਇਆ ਪਿਆ ਨਾਲ ਨਾਲ ਆਪਾਂ ਥੋੜੇ ਕੰਮ ਵੀ ਕਰਾ ਦਿਆਂਗੇ ਥੋੜੀ ਪੈਨਸ਼ਨ ਵੀ ਦਵਾ ਦਿਆਂਗੇ ਬਾਹਰ ਲਵਾਂ ਨਹੀਂ ਪਾਇਓ ਪਰ ਐ ਮੈਨੂੰ ਦੱਸ ਵੀ ਕਿਸੇ ਪਾਸੇ ਹੋਰ ਤਾਂ ਨਹੀਂ ਕੋਈ ਪੈਨਸ਼ਨ ਨਹੀਂ ਹੋ ਕੋਈ ਦਵਾਈ ਤੇਰੇ ਕੋਲ ਜ਼ਮੀਨ 8 ਨੂੰ ਖਿੱਲੇ ਆ ਚਲੋ ਕੋਈ ਨਹੀਂ ਫੇਕ ਆ ਕੋਈ ਗੱਲ ਨਹੀਂ ਫਿਰ ਤੇਰਾ ਕੰਮ ਆਪਾਂ ਦਫ਼ਤਰ ਜਾ ਕੇ ਕਰਾ ਦੇ ਅੱਛਾ ਅੱਛਾ ਚਾ ਜੀ ਉਹ ਬਾਪੂ ਰੇ ਕਿਵੇਂ ਮਸਲੇ ਤਾਂ ਹੋਰ ਹੀ ਪਿੰਡ ਦੇ ਬਹੁਤ ਉਲਝੇ ਪਏ ਨੇ ਕੀ ਗੱਲ ਹੋ ਗਈ ਪਿੰਡ ਦੇ ਵਿੱਚ ਲੇਬਰ ਪੁੱਛਣ ਗਏ ਸੀ ਅਸੀਂ ਲੇਬਰ ਸਾਨੂੰ ਬਹੁਤ ਐਜੀ ਸਾਨੂੰ ਪਤਾ ਭਈਏ ਨਹੀਂ ਆਏ ਨਾ ਜੀ ਬਿਲਕੁਲ ਭਈਆਂ ਕਰਕੇ ਵੀ ਲੇਬਰ ਆਪਾਂ ਲਵਾਉਣੀ ਤਾਂ ਇਹਨਾਂ ਦੀਆਂ ਦੇਖ ਬਿਲਕੁਲ ਠੀਕ ਹੈ ਕੋਈ 7000 ਮੰਗੀ ਜਾਂਦਾ ਹੈ ਕੋਈ 6500 ਮੰਗੀ ਜਾਂਦਾ ਜੀ ਅੱਛਾ ਹੋਰ ਬਹੁਤ ਉਹ ਕਰਕੇ ਜੀ ਤੁਸੀਂ ਇਹਨਾਂ ਤੇ ਧਿਆਨ ਦਿਓ ਜ਼ਿਆਦਾ ਮੰਗ ਰਹੇ ਨੇ ਥੋੜੇ ਜੇ ਕੋਈ ਨਹੀਂ ਕਿਸੇ ਨੇ ਰੇਟ ਖੁੱਲਿਆ ਕੋਈ ਗੱਲ ਹੋਈ ਹੈ ਕਿਸੇ ਨਾਲ ਰੇਟ ਕੁਛ ਨਹੀਂ ਖੋਲੇ ਕਿਸੇ ਨੇ ਪਿੰਡ 'ਚ ਕੋਈ ਗੱਲ ਕਰੀ ਹੋਵੇ ਨਾ ਇੱਕ ਮੁੰਡਾ ਆਉਦ ਲਾ ਕਹਿੰਦੇ ਨੇ ਅੱਛਾ ਉਹਨੇ ਸਾਈ ਸੂਈ ਫੜਾ ਕੇ ਆਇਆ ਨਹੀਂ ਪਤਾ ਸਾਨੂੰ ਰੇਟ ਕਿੰਨਾ ਜੀ ਉਹਦਾ ਉਹਨੂੰ ਆਪਾਂ ਬੁਲਾ ਲੈਂਦੇ ਹਾਂ ਪੁੱਛ ਲੈਂਦੇ ਹਾਂ ਬੁਲਾ ਲਓ ਫੋਨ ਕਰਕੇ ਆ ਉਹਨੂੰ ਫੋਨ ਕਰਕੇ ਬੁਲਾ ਲਓ ਤੂੰ ਉਹਨਾਂ ਨੂੰ ਸੱਦ ਲੈ ਕਿੰਨਾਂ ਨੂੰ ਜੀ ਲਵੇ ਆਪਾਂ ਜਾ ਕੇ ਆਇਆ ਸਾਰਿਆਂ ਦੇ ਟੁਕਣ ਕੇ ਹੈਲੋ ਹਾਂਜੀ ਸਤਪਾਲ ਜੀ ਔਜਲਾ ਸਾਹਿਬ ਮੇਰੇ ਕੋਲ ਆਓ ਆਪਾਂ ਜੀ ਜੀ ਦੀ ਲਵਾਈ ਵਾਸਤੇ ਕੋਈ ਗੱਲ ਕਰਨੀ ਆ ਅਸੀਂ ਸੁਣਿਆ ਵੀ ਕੋਈ ਸਾਈ ਸੂ ਕਰੀ ਹੋਵੇ ਤੁਹਾਡੀ ਹਾਂ ਮੇਰੇ ਕੋਲ ਆ ਜਾਓ ਮੈਂ ਬਾਹਰਲੇ ਬਗਲ 'ਚ ਬੈਠਾ ਉੱਥੇ ਆ ਜਾਓ ਠੀਕ ਹੈ ਛੇਤੀ ਆ ਜਾਓ 5-4 ਮਿੰਟਾਂ 'ਚ ਠੀਕ ਦੇਖੋ ਇਹ ਸਾਰੀ ਉਮਰ ਤਾਂ ਮਤਲਬ ਇੱਥੇ ਇਹਦਾ ਇਹੀ ਕੰਮ ਚੱਲਣਾ ਐਤਕੀ ਆਪਣੇ ਦੇ ਆਹ ਇਹਦੇ ਕਰਕੇ ਥੋੜ੍ਹੀ ਪ੍ਰੋਬਲਮ ਆ ਦੇਖੋ ਇਹ ਸਾਰੀ ਦੁਨੀਆ 'ਤੇ ਹੀ ਹੈ ਇਹਦਾ ਕਰਕੇ ਸਾਰਿਆਂ ਨੂੰ ਰਲ ਮਿਲ ਕੇ ਚੱਲਣਾ ਪਊਗਾ ਜੀ ਆਪਾਂ ਵੀ ਨਾ ਬਾਹਲਾ ਉਹ ਕਰੀਏ ਸਾਰੇ ਪਿੰਡਾਂ ਦੇ ਇੱਕ ਗੱਲ ਹੋਰ ਵੀ ਕਰਦੇ ਹਾਂ ਆਪਾਂ ਵੀ ਥੋੜ੍ਹਾ ਜਿਹਾ ਧੱਕਾ ਕਰਦੇ ਸੀ ਜਦੋਂ ਭਈਏ ਆਮ ਬੈਠੇ ਸੀ ਇਹਨਾਂ ਨੂੰ ਪੁੱਛਣੋਂ ਹਟ ਗਏ ਸੀ ਇਹ ਗੱਲਾਂ ਤਾਂ ਆਪਣੀਆਂ ਹੈਗੀਆਂ ਨੇ ਕਸੂਰ ਦਾ ਆਪਣੀ 'ਚ ਵੀ ਆ ਪਰ ਚੱਕਰ ਆਇਆ ਵੀ ਆਪਣੇ ਨਾ ਰਿਸ਼ਤਾ ਜਿਹੜਾ 9 ਮਾਹ ਦਾ ਰਿਸ਼ਤਾ ਹੁੰਦਾ ਆਪਾਂ ਉਹਨੂੰ ਬੁਲਾ ਲੈਂਦੇ ਹਾਂ ਬੁਲਾਇਆ ਮੁੰਡਾ ਉਹ ਅਤੇ ਬਾਕੀ ਬੰਦਿਆਂ ਨੂੰ ਬੁਲਾ ਲਓ ਠੀਕ ਹੈ ਹਾਂ ਉਹਨੂੰ ਕਰਤਾ ਫੋਨ ਮੁੰਡਾ ਬਸ ਜਦੋਂ ਆ ਗਏ ਮੈਨੂੰ ਦੱਸ ਦਿਓ ਬੈਠ ਕੇ ਗੱਲਬਾਤ ਸਾਰੀ ਤੁਹਾਡੀ ਸੁਲਝਾ ਦਿੰਦੇ ਆਪਾਂ ਫੈਸਲਾ ਕਰ ਲੈਂਦੇ ਪਿੰਡ 'ਚ ਕਿਰੇ ਲਵਾ ਦਿੰਦੇ ਹੁਣ ਸਾਰੇ ਪਿੰਡਾਂ 'ਚ ਬੰਨ ਰੱਖੇ ਰੇਟ ਆਪਣੇ ਨਹੀਂ ਹੈਗਾ ਕੋਈ ਗੱਲ ਨਹੀਂ ਆਪਣੇ ਪਿੰਡ ਦੇ ਵਾਜੂਗਾ ਆਪਾਂ ਤਾਂ ਬਾਹਰ ਨਹੀਂ ਹੁੰਦੀ ਕੋਈ ਬੰਦਾ ਹਾਂ ਜੀ ਹਾਂ ਮੈਂ ਗਿਆ ਸੀ ਬੈਂਕ 'ਚ ਉਹ ਕਹਿੰਦੇ ਵੀ ਕਿਸੇ ਮਸਲੇ 'ਤੇ ਗੱਲ ਕਰਨੀ ਆ ਪਿੰਡ ਵਾਸਤੇ ਮੈਂ ਕਿਹਾ ਚਲੋ ਆ ਜਾਂਦੇ ਹਾਂ
जीरी लाउण दा जिहड़ा सीजन आ चुका है। रेट दी बाई जी आए सीगे वी रेट ज्यादा मंग रहे ने इह मुंडे। अच्छा जी, जिहड़े बेड़े वाले अपने लाउंदे ने लेबर लाउंदी आ। हांजी हांजी, तुसीं की करिया मतलब साई सरपंच साहब गल आया जी, मैं कितने भाइयों तो नहीं लवाई, अपने तो आह बई लाने होंगे ने हर साल। हाँ ठीक है, तुम पिंड च ही लवाने कितने, मैं साई नहीं करी जी, मैं तो इन्हों स्नेहा ला देना, अपनी जीरी ला देंगे जी। ठीक है, देखो पिछली बार मैं दिता थी इन्हों 2500 रुपया जी। ठीक है, रोटी दिती थी आप। ठीक है ठीक है, इस बार मैं इन्हों कहा भी जो अपना नगर दूगा उ रेट मैं दे दूंगा, रेट कोई नहीं खोलिया जी। ठीक है, बाकी तुम सारे बैठे हो, जोड़ा फैसला तुम करोगे आपको मंजूर है जी, आप ही आपस उतो बाहर नहीं, रेट खोलिया नहीं है, रेट गल सही होगी थोड़ी, जो रेट चलूगा नगर का चलू वो ले लो। हाँ भी तुम कि भाई देखो जी, जो अजक पिंड चल रहा तो उही रेट भाल देंगे। की चलता 6-7 हज़ार रुपया चलता जी। नहीं नहीं धक्का ना करो, तुम चलता यार बोली जाने मैं फैसला कर दिना, घबराओ ना, थोड़ा है अपना है 9 माह का रिश्ता, ये तो गल है जी, तुम सा दुख सुख चाहे छोटे चाहे ये तो आह सीजन है, अगला सीजन पता नहीं कहे जहा होगा। ठीक है ना, लॉकडाउन करके सारा कुछ हो गया, ये नहीं आए बागे, चलो ये सारी दुनिया ती है, यही तो गल सरपंच साहब असं कहने जी भी जो तो भइए होंगे ने साडे कोले कोई आग नहीं खड़ता, इन्हां दी भी गल सही है, अजे आई नहीं उरे, ये तो मैं सरदार साहब नूं पहला कह के हटिया, महां तुसीं बेचारे नूं पहला पुछिया नहीं किते, ये आ गए मोटरां ते बहा ले, सस्ते रेट लवाते बागे घाटा सोनू भी पिया, सोडियां दिहाड़ियां मिस हुई ने, घाटा सानू भी पिया, एह जा केड़ा वर्ग है जिन्हों लॉकडाउन का घाटा नहीं पिया, 2 महीने हो गए सारे सरपंच साहब एक नगर च रहने जी, तुसीं आपदे हिसाब नाल गल कर लो, जिवें इन्हां नूं फिट आउंदा आपां उवें कर लांगे, नहीं आपां फिट करा ही दिंदे कोई ऐसी गल नहीं, चलो माड़ा मोटा वधा लो, देख के आउणा आया तां सूई 6000 दे उप्पर मारीए जी, 6000 कौन दिंदा है, 6000 ना लै लै, सरपंच साहब वधा लो माड़ा मोटा कर लो थोड़ी, एक मिनट पता की सरपंच साहब असि जाके आए सारे घर कोई 7000 मंगता दी, कोई 6400 मंगता दी, दिता तो नहीं है, ये भी जाके आए, एक कहना भाई कहना मैं कोई मतलब सही करी है, जेड़ा रेट चलूगा सी वो दे, फिर इसे मैं सरपंच लो जा रहा हूँ, कमेटी मंजूर है सारी, चलो जी मंजूर हो जे तुसी करोगे कुछ, नहीं मैं जे फैसला करूंगा, सरपंच साहब जिवें तुसी फैसला करोगे जी हां ये मन्ना मंजूर है, जिवें तुसी कर दोगे अपन सारे घर नूं मंजूर हो गई ना, जिन्ने अपने काम करदे ने मंडे ले होणगे, हां जी हां, ते थोनू भी मन्नना पऊगा, हां सरपंच साहब पहला पुछ लो इन्हां नूं कि तुसी बाद च लावा पगना जी, तुसी दोनों बारां दा पक्ष रख दो जी, इन्हां नूं भी ना मारो ते सानूं भी ना जी, पिंड च जीरी लाउणी है, सारे पिंड दी जीरी लाउणी है किसानां दी, हां जी छोटे चार पैसे बन जाणगे, गरीब आदमी हो आपदा तोरी फुलका चल पऊ घर दा, चलो फिर तुसी दस दो जी, ਤੁਹਾਨੂੰ 80 ਰੁਪਿਆ ਦੇਵਾਂਗੇ 3700 ਕਿੱਲੇ ਦਾ ਘੱਟ ਹੈ ਜੀ, ਉਹ ਨਹੀਂ ਮੇਰੀ ਗੱਲ ਸੁਣੋ, ਰੋਟੀ ਵਿੱਚ ਦਵਾਂਗੇ ਰੋਟੀ ਦੇਣਗੇ, ਸਹੀ ਹੈ ਸਰਪੰਚ ਸਾਹਿਬ ਜੀ, ਹਾਂ ਰੋਟੀ ਦੇਣਗੇ, ਰੋਟੀ ਦਵਾਂਗੇ ਜੀ, ਰੋਟੀ ਦੇਵਾਂਗੇ, ਰੋਟੀ ਸਰਪੰਚ ਸਾਹਿਬ ਰੋਟੀ ਵਾਲਾ ਦੇਖੋ ਮਾੜਾ ਜਿਹਾ ਜੀ, ਬੁੜੀਆਂ ਔਖੀਆਂ ਹੁੰਦੇ ਨੇ ਘਰੇ, ਮੈਨੂੰ ਪਤਾ ਹੈ ਵੀ ਕਿਸਾਨਾਂ ਦੇ 70 ਪੈਂਦੇ ਨੇ ਘਰੇ, ਬੁੜੀਆਂ ਤੋਂ ਪੈਂਦੇ ਨੇ ਜੀ ਬਹੁਤ ਦੇ 70 ਵੀ, ਰੋਟੀ ਅਸੀਂ ਨਹੀਂ ਲਾਉਂਦੇ, ਤੂੰ ਰੋਟੀ ਖੋਲ ਲਈ, ਮੇਰੀ ਗੱਲ ਸੁਣ ਲੈ, ਤੇਰੀ ਮਾਂ ਤਾਂ ਰੋਟੀ ਰੋਟੀ ਲੈਂਦੀ, ਇਹਨੂੰ ਸਿੱਧੀ ਗੱਲ ਆਹੀ ਰੱਖਣਾ ਪਤਾ ਤਾਂ, ਚਲੋ ਜੀ ਫਿਰ ਤੁਸੀਂ ਕੌਣ ਹੈ, 64 ਰੋਟੀਆਂ ਖਾਂਦਾ ਫਿਰ, ਸਾਨੂੰ 1000 ਰੁਪਏ ਵੱਧ ਦੇ ਦੋ, ਨਹੀਂ 1000 ਨਹੀਂ ਚਾਹੀਦਾ, ਨਹੀਂ ਪਹਿਲਾਂ ਸਰਪੰਚ ਸਾਹਿਬ ਨਾਲ ਗੱਲ ਕਰਾਂਗੇ, ਰੋਟੀ ਖੋਲਣਾ ਹੈ ਜੀ, ਦੇਖ ਰੋਟੀ ਬਣਾ ਕੁਛ, ਪਹਿਲਾਂ ਸੁਣੋ ਇਸ ਕਰਕੇ ਦੇਖ 3500 ਰੁਪਏ ਰੇਟ ਕਹਿ ਦੋ ਨਾ, 200 ਰੁਪਏ ਹੋਰ ਕਹਦੇ ਰੋਟੀ ਦੇ, ਠੀਕ ਹੈ ਨਾ, ਗੱਲ ਸੁਣੋ ਫਿਰ ਮੇਰੀ ਜੀ, ਜੇ ਰੋਟੀ ਅਸੀਂ ਉਹ ਲਿਆਈਏ ਫਿਰ ਤਾਂ ਅਸੀਂ ਲੇਟ ਆਇਆ ਕਰਾਂਗੇ ਘੰਟਾ, ਸਿੱਧੀ ਗੱਲ ਆ ਗਈ, ਨਹੀਂ ਫਿਰ ਅਗਲੇ ਦਾ ਕੱਦੂ ਦਾ ਪਾਣੀ ਸੁੱਕ ਜਾ ਕਰੋ, ਉਹ ਇਹ ਤਾਂ ਗੱਲ ਹੈ, ਤਾਂ ਲਾਈਟ ਹੁੰਦੀ ਹੈ ਯਾਰ, ਕਈ ਵਾਰ ਮੇਰੇ ਕੋ ਮਾਰ ਦਿੰਦੀ ਅੱਖ, ਹੁਣ ਤੁਸੀਂ ਹੁਣ ਤਾਂ ਨਹੀਂ, ਇੱਕ ਮਿੰਟ ਹੁਣ ਤਾਂ ਤੂੰ ਕਹਿੰਦਾ ਸਰਪੰਚ ਸਾਹਿਬ ਜਿਹੜਾ ਫੈਸਲਾ ਕਰਦੇ ਸਰਪੰਚ ਦੇ ਉਹਤੇ ਚੜਾਂਗੇ ਸੀ, ਹੁਣ ਉਹ ਕਰ ਲਾਂਗੇ ਯਾਰ, ਦੇਖੋ ਹਰ ਇੱਕ ਨੇ ਆਪਦਾ ਪੱਖ ਦੱਸਣਾ, ਤੁਸੀਂ ਰੌਲਾ ਨਾ ਪਾਓ, ਸਰਪੰਚ ਸਾਹਿਬ ਤੁਸੀਂ ਰੋਟੀ ਦਾ ਵੀ ਫੈਸਲਾ ਕਰੀ ਦਿਓ ਜੀ, ਨਹੀਂ ਰੋਟੀ ਦਾ ਦੇਖੋ ਇਹਨਾਂ ਨੂੰ ਦੇਣੀ ਪਊਗੀ, ਮੰਨ ਲਓ ਜੀ ਕਿਸੇ ਦੀ ਮਜਬੂਰੀ ਆ ਕੋਈ ਨਹੀਂ ਦੇ ਸਕਦਾ, ਉਹਦਾ ਤੁਸੀਂ ਉਹ ਜਾਇਜ਼ ਰੇਟ ਵਧਾ ਦਿਓ, ਸਰਪੰਚ ਸਾਹਿਬ ਮੇਰੀ ਗੱਲ ਸੁਣੋ ਜੀ, ਇੱਕ ਤਾਂ ਪਹਿਲੀ ਲੇਬਰ ਘੱਟ ਹੈ, ਬਹੁਤ ਜ਼ਿਆਦਾ ਘੱਟ ਹੈ ਹੈ ਨਾ ਜੀ, ਇਹ ਤਾਂ ਮੰਨਦਾ ਗੱਲਾਂ, ਕੰਮ ਜ਼ਿਆਦਾ ਚੜਿਆ ਪਿਆ, ਇੱਕ ਤੁਹਾਨੂੰ ਰੋਟੀ ਦੇ ਜੇ ਹੁਣ ਅਸੀਂ ਰੋਟੀਆਂ ਲਾਉਣ ਲੱਗੇ ਸਾਡੇ ਬੁੜੀਆਂ, ਸਹੀ ਗੱਲ, ਫਿਰ ਕੰਮ ਕਿਵੇਂ ਨਿਬੜੂ, ਗਰੀਬ ਦੇ ਘਰੇ ਆਟੀ ਨਹੀਂ ਹੈਗਾ ਜੀ, ਆ ਲਾਓ ਕੋਈ ਗੱਲ, ਇੱਕ ਮਿੰਟ ਸਰਪੰਚ ਸਾਹਿਬ ਮੈਂ ਤਾਂ ਇਹ ਕਹਿੰਦਾ ਜੀ, ਤੁਸੀਂ ਇਹਨਾਂ ਦਾ ਰੋਟੀ ਦਾ ਵੀ ਮਸਲਾ ਨਿਬੇੜੀ ਦਿਓ,
ਵੀ ਜਿਹੜਾ ਨਹੀਂ ਦੇ ਸਕਦਾ ਉਹ ਕੋਈ 2-400 ਘੱਟ ਵੱਧ ਕਰਕੇ ਨਾ ਮਿਲਦੇ ਦੋ ਰੇਟ ਹੋਣਗੇ ਹਾਂਜੀ ਰੇਟ ਤਾਂ ਫਿਰ ਦੋ ਹੀ ਹੋਣਗੇ ਇੱਕ ਰੋਟੀ ਵਾਲਾ ਜੀ ਇੱਕ ਬਿਨਾਂ ਰੋਟੀ ਵਾਲਾ ਤੁਸੀਂ ਪੁੱਛ ਲਓ ਜੀ ਆਹ ਬੈਠੇ ਨੇ ਸਾਰੇ ਬਾਕੀ ਜਿਵੇਂ ਤੁਹਾਨੂੰ ਠੀਕ ਲੱਗਦਾ ਚਲੋ ਆਪਾਂ ਐਂ ਕਰ ਲੈਂਦੇ ਹਾਂ ਹਾਂਜੀ ਦੱਸੋ ਰਲਾ ਮਿਲਾ ਕੇ 40 ਜੇ ਕਰ ਲੈਂਦੇ ਹਾਂ ਦੋਨਾਂ ਧਿਰਾਂ ਦੇ ਅੱਛਾ ਜੀ ਜਿਹੜਾ ਤੁਸੀਂ ਰੋਟੀ ਦੇ ਸਕਦੇ ਉਹ ਨਹੀਂ ਦੇ ਸਕਦੇ ਰੋਟੀ ਨਹੀਂ ਜੀ ਰੋਟੀ ਨਹੀਂ ਆਪਾਂ ਤਾਂ ਰੋਟੀ ਰੋਟੀ ਮਾਂ ਢਿੱਲੀ ਰਹਿੰਦੀ ਇਹਦੇ ਮੰਮੀ ਥੋੜੀ ਢਿੱਲੀ ਰਹਿੰਦੀ ਤਾਂ ਕਰਕੇ ਔਖਾ ਹੀ ਰੋਟੀ ਮਜਬੂਰੀ ਆ ਜੀ ਕਈ ਵਿੱਚ ਹੁੰਦੀ ਆ ਜੀ ਕਿਸੇ ਦੀ ਬਸ ਉਹੀ ਪੈ ਜਾਣਾ ਜਿਹੜੇ ਰੋਟੀ ਦੇ ਸਕਦੇ ਨੇ ਜੀ ਉਹਦਾ ਰੇਟ ਲੱਗ ਰਿਹਾ ਕਰ ਲੋ ਦੇ ਨਹੀਂ ਸਕਦੇ ਆਪਾਂ ਦੋ ਰੇਟ ਬੰਨ ਲਏ ਪਿੰਡ ਚ ਹਾਂਜੀ ਜਿਹੜਾ ਰੋਟੀ ਦੇ ਸਕਦਾ ਕਿਸਾਨ ਵੀਰ ਆਪਦੀ ਲੇਬਰ ਨੂੰ ਉਹਦਾ ਤਾਂ ਆਪਾਂ ਰੁਪਈਆ ਰੇਟ ਬਣਦਾ 3700 ਰੁਪਇਆ ਕਿੱਲੇ ਦਾ ਹਾਂਜੀ ਠੀਕ ਹੈ ਜੀ ਅੱਛਾ ਜਿਹੜਾ ਰੋਟੀ ਨਹੀਂ ਦੇ ਸਕਦਾ ਕਿਸਾਨ ਕੋਈ ਘਰੇ ਢਿੱਲ ਮੱਠਾ ਹੈ ਉਹਦਾ ਬਣਦਾ ਰੁਪਈਆ 4000 ਦੇਖੋ ਵੀ ਮਨਜ਼ੂਰ ਹੈ 4000 ਤਾਂ ਘੱਟ ਹੈ ਓਏ ਨਹੀਂ ਸੰਗਤ ਦਾ ਹੈ 4000 ਠੀਕ ਹੈ ਵੀਰੇ 4 ਤਾਂ ਨਹੀਂ ਜੀ 4000 ਘੱਟ ਜੀ ਓਏ ਅੱਧੇ ਤਾਂ ਤੇਥੋਂ ਡਰੀ ਜਾਂਦੇ ਨੇ ਚੌਂਟ ਰੋਟੀਆਂ ਖਾ ਜਾਣਾ ਤੂੰ ਖਾਚੀ ਕਰਕੇ ਤਾਂ ਪਿਆ 300 ਰੁਪਇਆ ਕਿੱਲੇ ਦਾ ਸੇ ਬੰਦੀ ਮੰਨੀ ਦੀ ਹੁੰਦੀ ਆ ਓਏ ਉਹੀ ਆ ਜੇ ਮੈਂ ਵੀ ਘੱਟ ਖਾਣਾ ਸਭ ਤਾਂ ਇਹ ਮਦਨਾ ਹੁੰਦਾ ਢਿੱਡ ਤਾਂ ਦੇਖ ਤੌਲੇ ਵਰ ਗਿਆ ਮੇਰਾ ਆਪਣੇ ਹਿਸਾਬ ਨਾਲ ਬਾਈ ਖਾਣੀ ਆ ਤੁਸੀਂ 4200 ਰੁਪਏ ਕਾਨੂੰ ਸਰਪੰਚ ਸਾਹਿਬ ਚਾਰ ਠੀਕ ਹੈ ਓਕੇ ਕਰ ਦੋ ਚਾਰ 4200 ਕਰ ਦੋ ਜੀ ਓ ਯਾਰ ਗਾਹ ਨੂੰ ਕਿਹੜਾ ਲਵਾਉਣੀ ਨਹੀਂ ਸੋ ਤੁਸੀਂ ਰਿਆ ਕੋ ਤੱਕਾ ਕਰ ਦੋ ਤੁਸੀਂ ਅਗੇ ਭਈਏ ਆ ਗਏ ਉਹਦੀ ਕਹਿ ਦੋਗੇ ਅਸਲ ਲਵਾਉਂਦੇ ਨਹੀਂ ਸੋ ਮੈਂ ਛੋਟੇ ਸਰਪੰਚ ਲਈ ਵਾਅਦਾ ਕਰਦਾ ਛੋਟੀ ਲਵਾ ਕਰਾਂਗਾ ਐਂ ਕਰੋ ਜੀ ਛਾਈ ਬੜਾਓ ਨਾ ਇਹਨਾਂ ਦੀ ਨਾ ਸਾਡੀ 4200 ਕਰ ਦੋ ਚਲੋ 4400 ਕਰ ਦੋ ਚਲੋ ਚਲੋ ਆ ਠੀਕ ਹੈ ਚਲੋ ਠੀਕ 4400 ਦੀ ਛਾਈ ਦਿਓ 4400 ਦੀ ਛਾਈ ਮੰਨ ਲਓ ਵੀ ਛਾਈ ਦਈਏ ਕਿ ਸਰਪੰਚ ਸਾਹਿਬ ਤੇ ਯਕੀਨ ਆ ਸੁਣਨਾ ਹਾਂ ਯਕੀਨ ਆ ਜੀ ਇਹ ਚ ਦੋ ਗੱਲਾਂ ਹੋ ਗਈਆਂ ਹੁਣ ਜਿਹਨੇ ਰੋਟੀ ਨਹੀਂ ਦੇਣੀ ਹਾਂਜੀ ਉਹ 3700 4400 ਰੁਪਇਆ ਠੀਕ ਹੈ ਜਿਹਨੇ ਰੋਟੀ ਦੇਣੀ ਉਹ 3700 ਨਾ ਠੀਕ ਹੈ ਦੋ ਰੇਟ ਨੇ ਠੀਕ ਹੈ ਬਈ ਕਿਸੇ ਨੇ ਗੁੱਸਾ ਨਹੀਂ ਕਰਨਾ ਜਿਹਦੀ ਸਾਈ ਆਉਂਦੀ ਆ ਫੜੋ ਪਰ ਰੇਟ ਵੱਧ ਘੱਟ ਨਹੀਂ ਕਿਸਾਨ ਕਰਨਾ ਤੇ ਨਹੀਂ ਤੁਸੀਂ ਕਰੇ ਸੰਗੜੀ ਸੰਗੜੀ ਜੀਰੀ ਲਾਉਣੀ ਕਿਸਾਨ ਦੀ ਵਧੀਆ ਕੰਮ ਸ਼ੌਂਕ ਨਾਲ ਕੰਮ ਕਰੋ ਜਿਹਦੀ ਵੀ ਤੁਸੀਂ ਸਾਈ ਫੜਨਾ ਵਧੀਆ ਕਰਾਂਗੇ ਅੱਗੇ ਵੀ ਸ਼ੌਂਕ ਨਾਲ ਹੀ ਕਰੀਦਾ ਕੰਮ ਕੰਮ ਹੀ ਕਰਦਾ ਮੈਨੂੰ ਯਕੀਨ ਆ ਜੀ ਨਾ ਤੇ ਮੈਨੂੰ ਕੰਮ ਤਾਂ ਵਧੀਆ ਹੁੰਦਾ ਹੋਵੇ ਜੀ ਕਿਤੇ ਲੰਬਾ ਨਹੀਂ ਆਇਆ ਇਹਨਾਂ ਦਾ ਕੰਮ ਪਿਛਲੀ ਵਾਰੀ ਵੀ ਮੈਂ ਇਹਨਾਂ ਤੇ ਲਵਾਈ ਤੀ ਮੁੰਡੇ ਤਾਂ ਲਾਕਡਾਊਨ ਨੇ ਜੀ ਅੱਗੇ ਵਾਸਤੇ ਵੀ ਇਹੀ ਰੂਲ ਬਣਾਓ ਵੀ ਬਾਹਰੋਂ ਕੋਈ ਆ ਕੇ ਹੋਰ ਅਮੀਰ ਹੁੰਦੇ ਨੇ ਇਹ ਵੀ ਕਹਿੰਦੇ ਨੇ ਭਈ ਇਹ ਆ ਗਏ ਜੀ ਨਹੀਂ ਆਪਾਂ ਉਹਨਾਂ ਨੂੰ ਲੈ ਵੜਦੇ ਨੇ ਹਾਂ ਉਦੋਂ ਅਸੀਂ ਵੀ ਫਿਰੀ ਜਾਂਦੇ ਆ ਇੱਧਰ ਨਹੀਂ ਸਹੀ ਹੈ ਕਹਿੰਦਾ ਸਾਨੂੰ ਪਹਿਲਾਂ ਹੀ ਕਹਤਾ ਆਪਾਂ ਮੀਟਿੰਗ ਵੀ ਕਰ ਲਵਾਂਗੇ ਉਦੋਂ ਵੀ ਸਾਨੂੰ ਰੱਖਣਾ ਫਿਰ ਆਪਾਂ ਸਰਪੰਚ ਸਾਹਿਬ ਇਹਨਾਂ ਦੀ ਗੱਲ ਵੀ ਸਹੀ ਰੇਟ ਬੰਦ ਹੋਈ ਪੱਕੀ ਬਣ ਦੋ ਇਹ ਰੇਟ ਦੇਖੋ ਕੁਝ ਕਰਨੇ ਸਾਰਿਆਂ ਚੀਨੇ ਸਰਪੰਚ ਸਾਹਿਬ ਨੇ ਜਿਹੜਾ ਫੈਸਲਾ ਕਰਤਾ ਗਾਂਹ ਵਾਲੀ ਵਾਰ ਵੀ ਤੁਸੀਂ ਆਪ ਹੀ ਕਰ ਦਿਓ 3700 ਰੁਪਇਆ ਤੇ 4400 ਰੁਪਇਆ ਠੀਕ ਹੈ 4400 ਰੁਪਇਆ ਠੀਕ ਹੈ ਹੁਣ ਤੁਸੀਂ ਨੂੰ ਘਰੋਂ ਬਣਾਉਣੀ ਪਊਗੀ 3700 ਰੁਪਇਆ ਰੋਟੀ ਕਿਸਾਨ ਦੇਊਗਾ ਤੇ ਤੁਸੀਂ ਫਿਰ ਇਸ ਵਾਰ ਲਾ ਦਿਓ ਯਾਰ ਇਹਨਾਂ ਨੂੰ ਬੰਦੇ ਨਹੀਂ ਮਿਲੇ ਹਾਂਜੀ ਹਾਂਜੀ ਆਉਣੇ ਆ 10 ਮਿੰਟ ਰੁਕੋ ਹਾਂਜੀ ਠੀਕ ਹੈ ਜੀ ਚੁੱਤਲੇ ਫਿਰ ਸਰਪੰਚ ਸਾਹਿਬ ਨੂੰ ਫੋਨ ਆ ਗਿਆ ਜਰਾ ਕੰਮ ਕਰਦੇ ਨੇ ਸਾਡਾ 8 ਕਿੱਲੇ ਨੇ ਆ ਜਾਓ ਠੀਕ ਹੈ ਲਾ ਜਾਓ ਮਿਲਣ ਕੇ ਲਾ ਜਾਓ ਪਹਿਲਾਂ ਹਰ ਲਾ ਜਾਓ ਯਾਰ ਜੇ ਸੋਡੇ ਲਵੇ ਨਾ ਟਾਈਮ ਹੋਇਆ 2-4 ਕਿੱਲੇ ਵਿੱਚ ਦੀ ਤੁਸੀਂ ਕੱਢ ਜਿਓ ਕੋਈ ਗੱਲ ਨਹੀਂ ਵਿਚਾਰਿਆਂ ਨੂੰ ਬਹੁਤ ਦਿਨ ਹੋ ਗਏ ਇਹਨਾਂ ਨੂੰ ਭਾਲਦੇ ਨੂੰ ਨਾ ਕੋਈ ਨਾ ਚਲੋ ਵੀਰ ਮੇਰੇ ਅੰਬੀਰ ਨਾਲ ਰੂਲ ਲੈ ਕੇ ਵੀਰ ਮਾਰ ਕਿਤਾ ਓਏ ਇਹ ਵਿਚਾਰਾ ਪਤਾ ਕੀ ਹੈ ਇਹਦੇ ਢਿੱਡ ਨੂੰ ਦੇਖ ਕੇ ਰੋਟੀ ਨੂੰ ਹਾਨੀ ਕਰਦਾ ਹਰੇਕ ਬਹੁਤ ਸਹੀ ਹੈ ਸਾਡੀ ਇਲਤੀਲਾਨਾ ਟੀਮ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਡੀ ਟੀਮ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਜੋ ਤੁਸੀਂ ਦੇਖ ਰਹੇ ਹੋ ਇਸ ਵਾਰ ਬਿਹਾਰੀ ਬਈਏ ਨਹੀਂ ਆਏ ਪਿੰਡਾਂ ਦੇ ਵਿੱਚ ਰੇਟਾਂ ਦੇ ਅਕਸਰ ਰੌਲੇ ਪੈ ਰਹੇ ਨੇ ਅਤੇ ਸਾਡੇ ਵੱਲੋਂ ਇੱਕ ਵੀਡੀਓ ਦੇ ਵਿੱਚ ਛੋਟੀ ਜਿਹੀ ਚੀਜ਼ ਦਿਖਾਈ ਗਈ ਹੈ ਵੀ ਪਿੰਡਾਂ ਦੇ ਵਿੱਚ ਲੇਬਰ ਨਾਲ ਰੌਲਾ ਨਾ ਪਾਓ ਵੱਧ ਘੱਟ ਰੇਟ ਨਾ ਕਹੋ ਅਫਵਾਹਾਂ ਨਾ ਡਾਓ ਪਿੰਡ ਦੀ ਸਹਿਮਤੀ ਨਾਲ ਸਰਪੰਚ ਪੰਚਾਇਤ ਦੀ ਸਹਿਮਤੀ ਨਾਲ ਪਿੰਡਾਂ ਦੇ ਰੇਟ ਬੰਨੋ ਪਿਆਰ ਨਾਲ ਲੇਬਰ ਦੀ ਵੀ ਸਹਿਮਤੀ ਹੋਵੇ ਅਤੇ ਕਿਸਾਨ ਵੀਰਾਂ ਦੀ ਵੀ ਸਹਿਮਤੀ ਹੋਵੇ ਇਸ ਵਾਰ ਸਾਡੇ ਪਿੰਡ ਦੇ ਸਰਪੰਚ ਸਾਹਿਬ ਨੇ ਡਾਕਟਰ ਹਰਜਿੰਦਰ ਸਿੰਘ ਭੂਰੇ ਜੀ ਨੇ ਸਾਡਾ ਫੈਸਲਾ ਕਰਵਾਇਆ ਜੋ ਕਿ ਲੇਬਰ ਨਾਲ ਰੌਲਾ ਪੈ ਰਿਹਾ ਸੀ ਇਹ ਵੀਡੀਓ ਦੇ ਜ਼ਰੀਏ ਅਸੀਂ ਤੁਹਾਨੂੰ ਕੁਛ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਤੁਸੀਂ ਐਸੇ ਢੰਗ ਨਾਲ ਪਿਆਰ ਨਾਲ ਆਪਸ 'ਚ ਬਹਿ ਕੇ ਗੱਲਬਾਤ ਕਰੋ ਵੀ ਤਾਂ ਜੋ ਕਲੇਸ਼ ਪਿੰਡਾਂ 'ਚ ਰੌਲੇ ਨਾ ਪੈਣ ਬਾਕੀ ਬਾਈ ਤਰਸੇਮ ਜੀ ਤੁਹਾਨੂੰ ਦੱਸਣਗੇ ਜੀ ਹਾਂ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿ ਵੈਸੇ ਤਾਂ ਵੀਡੀਓ ਦੇ ਵਿੱਚ ਆਪਾਂ ਨੇ ਦੱਸ ਹੀ ਦਿੱਤਾ ਕਿ ਲੇਬਰ ਹੈ ਜਿਹੜੀ ਆਪਣੀ ਦੇਸੀ ਲੇਬਰ ਇਹਨਾਂ ਨੂੰ ਪੱਕੇ ਰੱਖਿਆ ਕਰੋ ਜਦੋਂ ਰੇਟ ਲੇਬਰ ਸਸਤੀ ਮਿਲ ਜਾਂਦੀ ਹੈ ਇਹਨਾਂ ਨੂੰ ਅੱਖੋਂ ਭਰੋਖੇ ਨਾ ਕਰਿਆ ਕਰੋ ਇਹਨਾਂ ਨੂੰ ਵੀ ਇਨਸਾਨ ਸਮਝਿਆ ਕਰੋ ਕਿਉਂਕਿ ਜੀਰੀ ਲਗਾਉਣ ਵਾਲੇ ਤਾਂ ਇੱਕ ਵਾਰ ਲਵਾ ਕੇ ਚਲੀ ਜਾਣਗੇ ਜੇ ਫਰਜ਼ ਕਰ ਲਓ ਬਾਹਰਲੇ ਲਾ ਕੇ ਗਏ ਨੇ ਸਿੱਧੀ ਲਾ ਗਏ ਅਤੇ ਤੁਹਾਨੂੰ ਅਲੱਗ ਦਿਹਾੜੀਆਂ ਲਾ ਕੇ ਉਹਦੇ ਵਿੱਚ ਡਾਲ ਲਗਾਉਣੇ ਪੈਣਗੇ ਜੇ ਪਿੰਡ ਦੀ ਲੇਬਰ ਤੁਹਾਡੇ ਲੱਗੀ ਹੋਊ ਤੁਸੀਂ ਅਲਾਮਾ ਤਾਂ ਦੇ ਸਕਦੇ ਹੋ ਨਾ ਬਿਲਕੁਲ ਹੈ ਨਾ ਹਾਂਜੀ ਬਿਲਕੁਲ ਹਾਂ ਵੈਸੇ ਤੁਸੀਂ ਸਮਝ ਹੀ ਗਏ ਹੋਵੋਗੇ ਵੀਰੋ ਬਸ ਤੁਸੀਂ ਵੀਡੀਓ ਦੇਖੋ ਵੱਧ ਤੋਂ ਵੱਧ ਪਿਆਰ ਦਿਓ ਇਲਤੀਲਾਨਾ ਚੈਨਲ ਸਬਸਕ੍ਰਾਈਬ ਕਰ ਲਓ ਸ਼ੇਅਰ ਕਮੈਂਟਾਂ ਦੇ ਨਾਲ ਸਾਨੂੰ ਜਵਾਬ ਦਿਆ ਕਰੋ ਅਤੇ ਕਮੈਂਟ ਦੇ ਵਿੱਚ ਸਾਨੂੰ ਆਪਦੀ ਰਾਏ ਜ਼ਰੂਰ ਦੱਸੋ ਵੀ ਤੁਹਾਨੂੰ ਸਾਡੀ ਵੀਡੀਓ 'ਚ ਕੋਈ ਕਮੀ ਜਾਂ ਕੁਛ ਵੀ ਘਾਟ ਵੱਧ ਲੱਗਦੀ ਆ ਤਾਂ ਪਲੀਜ਼ ਕਮੈਂਟ 'ਚ ਜ਼ਰੂਰ ਦੱਸੋ ਸਬਸਕ੍ਰਾਈਬ ਚੈਨਲ ਇਲਤੀਲਾਨਾ ਸਾਡੇ ਵੱਡੇ ਵੀਰ
जो कि साडा बाई दा नाम रखा होया अमृतपाल सिंह औजला और फिर चौंट जिंदाबाद जिंदाबाद ओए खड़ जो ऊही रौला चौंट जिंदाबाद खड़ जा टडड़ा जा आ देखो ए बंदे नाल चौंट रखया लाल इहदा रोल किवें लगूगा है रोटियां भी चौंट खांदा है कमेंटां विच दसो जी किवें लगूगा राम राम कहीं राम राम भाई की हाल है पूछना चलो दूर बोल दूर बोल सत